पुलिस वाले उन्होंने इमान सिंह मेरे लड़के ने पूछा कि तुहाडे कोले कोई वारंट ऑफ अरेस्ट हैगा ਉਹ ਕਹਿੰਦੇ ਜੀ ਅਸੀਂ ਵਾਰੰਟ ਵਰੁੰਟ ਨੂੰ ਨਹੀਂ ਜਾਣਦੇ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿਹੜੀ ਦਫ਼ਾ ਥੱਲੇ ਮੈਨੂੰ ਅਰੈਸਟ ਕਰਨ ਆਏ ਹੋ ਕਹਿੰਦੇ ਇਹਦਾ ਉਹਦਾ ਵੀ ਨਹੀਂ ਸਾਨੂੰ ਪਤਾ ਮੇਰਾ ਮਤਲਬ ਕਹਿਣ ਦਾ ਫਿਰ ਅਸੀਂ ਉਹਨਾਂ ਨੂੰ ਹਾਈ ਕੋਰਟ ਦਾ ਆਰਡਰ ਦਿਖਾਇਆ ਕਿ ਮੈਨੂੰ ਇੱਕਦਮ ਕੋਈ ਵੀ ਪੁਲਿਸ ਅਰੈਸਟ ਨਹੀਂ ਕਰ ਸਕਦੀ ਜਿੰਨਾ ਚਿਰ 7 ਦਿਨ ਬੀਤ ਨਾ ਜਾਣ ਇਸ ਦੇ ਬਾਵਜੂਦ सारे कानूनों की उलंघना करदिया होया मैनू उन्होंने चक के मेरा कंघा भी सटा के मेरा साफा भी सटा के खिच के चक के अपनी मोटर दे विच पाया ये कल की गल है ते कल सुप्रीम कोर्ट का ऑर्डर है जो तुसी किसे नू फड़ोंगे उहदे रिलेटिव नू ता जा ਉਹਦੇ ਨਜ਼ਦੀਕੀ ਆਦਮੀ ਨੂੰ ਇੱਕਦਮ ਦੱਸੋਗੇ ਕਿ ਤੁਸੀਂ ਉਹਨੂੰ ਅਰੈਸਟ ਕਰ ਦਿੱਤਾ ਉਹ ਵੀ ਨਹੀਂ ਕੀਤਾ ਹੈਗਾ ਅਤੇ ਅੱਜ ਸਵੇਰੇ ਮੈਂ ਜਦੋਂ ਹੌਸਪੀਟਲ ਤੋਂ ਡਿਸਚਾਰਜ ਹੋਇਆ ਮੇਰੇ ਪਿੱਛੇ ਥਾਣੇਦਾਰ ਲੱਗੇ ਰਹੇ ਹੈ ਅਤੇ ਮੈਂ ਆਪਣੇ ਘਰ ਨੂੰ ਚਲਿਆ ਗਿਆ ਨਿਊ ਅੰਮ੍ਰਿਤਸਰ ਨੂੰ ਉਸ ਤੋਂ ਬਾਅਦ ਫਿਰ ਮੇਰੇ ਪਿੱਛੇ ਪੁਲਿਸ ਵਾਲੇ ਲਾਤੇ ਇੱਕ ਮੋਟਰਸਾਈਕਲ ਦੇ ਉੱਤੇ ਪੁਲਿਸਮੈਨ ਸੀਗਾ ਚਿੱਟੀ ਕੱਪੜੀ ਉਹ ਜਦੋਂ ਜਦੋਂ ਮੇਰੇ ਘਰ ਦੇ ਚੱਕਰ ਕੱਟ ਰਿਹਾ ਸੀਗਾ ਅਤੇ ਹੁਣ ਦੱਸੋ ਚੂੜੀਆਂ ਤਾਂ ਅਸੀਂ ਪਾਈਆਂ ਨਹੀਂ ਅਸੀਂ ਆਪਣੀ ਮੋਟਰ ਨੂੰ ਉਹਦੇ ਅੱਗੇ ਕਰਕੇ ਉਹਨੂੰ ਫੜ ਲਿਆ ਉਹਦਾ ਮੋਬਾਈਲ ਅਸੀਂ ਫੜ ਕੇ ਕਮਿਸ਼ਨਰ ਸਾਹਿਬ ਨੂੰ ਦਿੱਤਾ ਕਿ ਇਹ ਕੋਈ ਰਵੱਈਆ ਨਹੀਂ ਹੈ ਕਿ ਤੁਸੀਂ ਕਿ ਤੁਸੀਂ ਸਾਡੇ ਪਿੱਛੇ ਪੁਲਿਸ ਲਾਓਗੇ ਡੈਮੋਕ੍ਰੈਟਿਕ ਚੀਜ਼ ਹੈ ਇਹਨਾਂ ਨੇ ਕਿਹਾ ਨਾ ਤਾਂ ਮੈਨੂੰ ਪਤਾ ਸੀਗਾ ਕਿ ਤੁਹਾਡੇ ਨਾਲ ਮਿਸਬਿਹੇਵੀਅਰ ਕੀਤਾ ਅਤੇ ਤੁਹਾਨੂੰ ਰਫ ਅਪ ਕੀਤਾ ਕੱਲ੍ਹ ਜਦੋਂ ਤੁਹਾਡੀ ਗ੍ਰਿਫਤਾਰੀ ਹੋਈ ਹੈ ਜਿਹੜਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਕਮਿਸ਼ਨਰ ਨੂੰ ਪਤਾ ਨਾ ਹੋਵੇ ਹੁਣ ਜਦੋਂ ਉਹਦਾ ਟੈਲੀਫੋਨ ਅਸੀਂ ਫੜਾਇਆ ਹੁਣ ਵੀ ਕਮਿਸ਼ਨਰ ਸਾਹਿਬ ਕਹਿੰਦੇ ਆ ਕਿ ਮੈਨੂੰ ਨਹੀਂ ਪਤਾ ਕਿ ਇਹ ਸਰਵਲੈਂਸ ਹੋ ਰਹੀ ਸੀਗੀ ਕਿ ਨਹੀਂ ਹੋ ਰਹੀ ਸੀ ਉਹ ਸਾਨੂੰ ਮਾਰ ਵੀ ਸਕਦੇ ਹੈ ਜਿਵੇਂ ਪੁਲਿਸ ਵਾਲੇ ਕਰਦੇ ਹੁੰਦੇ ਹੈ ਸਾਨੂੰ ਐਲੀਮੀਨੇਟ ਵੀ ਕਰ ਸਕਦੇ ਹੈ ਅਤੇ ਸਾਰਾ ਕੁਛ ਹੈ ਅਤੇ ਇਹ ਸਾਰਾ ਪ੍ਰੋਟੈਸਟ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਕੀਤਾ ਉਹਨਾਂ ਨੇ ਬੜਾ ਪੋਲਾਈਟਲੀ ਮੇਰੀ ਗੱਲ ਕੀਤੀ ਹੈ ਸੁਣਿਆ ਉਹਨਾਂ ਦਾ ਟੈਲੀਫੋਨ ਦੇ ਦਿੱਤਾ ਜੀ ਫੜ ਕੇ ਕਮਿਸ਼ਨਰ ਸਾਹਿਬ ਨੂੰ ਹੁਣ ਪੁੱਛੋ ਉਹ ਭੱਜ ਗਿਆ ਇਹ ਨਹੀਂ ਹਾਂ ਮੋਟਰਸਾਈਕਲ ਲੈ ਗਿਆ ਉਹਦਾ ਨਾਂ ਕੀ ਸੀਗਾ ਜੀ ਕਹਿੰਦਾ ਮੈਂ ਸਿਪਾਹੀ ਹਾਂ ਜੀ ਗਨਮੈਨ ਲੱਗਿਆ ਹੋਇਆ ਨਾ ਪੁਲਿਸ ਤੇ ਗਵਰਨਮੈਂਟ ਮਾਰਨਾ ਚਾਹੁੰਦੀ ਹੈ ਹੋਰ ਕੌਣ ਮਾਰੂਗਾ ਮੈਨੂੰ ਤਾਂ ਇਹੀ ਸਮਝਦੇ ਅਸੀਂ ਸਮਝਦੇ ਹਾਂ ਕਿ ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਤਿਹਾਰ ਜੇਲ੍ਹ ਦੇ ਵਿੱਚ ਹੈ ਜਿਹੜੇ ਮੰਨ ਸਾਹਿਬ ਜਥੇਦਾਰ ਗ੍ਰਿਫਤਾਰ ਕੀਤੇ ਹੈ ਦਾਦੂਵਾਲ ਸਾਹਿਬ ਗ੍ਰਿਫਤਾਰ ਕੀਤੇ ਹੈ ਫਿਰ ਅਜਨਾਲਾ ਸਾਹਿਬ ਜਥੇਦਾਰ ਗ੍ਰਿਫਤਾਰ ਕੀਤੇ ਹੈ ਇਹਨਾਂ ਨੂੰ ਫੌਰਨ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਤੇ ਜਿਹੜੇ ਸਾਡੇ ਸੀਨੀਅਰ ਲੀਡਰ ਹੈ ਮੋਹਨ ਸਿੰਘ ਗੁਰਦੀਪ ਸਿੰਘ ਜਸਕਰਨ ਸਿੰਘ ਇਹਨਾਂ ਦੀਆਂ ਰਿਹਾਈਆਂ ਇੱਕਦਮ ਕਰਨ ਨਹੀਂ ਤਾਂ ਸਾਰੇ ਪੰਜਾਬ ਦੇ ਵਿੱਚ ਬੰਦ ਲੱਗ ਜਾਣਗੇ ਸਾਰੇ ਪੰਜਾਬ ਦਾ ਹਵਾ ਖਰਾਬ ਹੋ ਜੂਗੀ ਔਰ ਬਾਦਲ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਜਿਹੜੀ ਉਹਨਾਂ ਨੂੰ ਲੋਕਾਂ ਵੱਲੋਂ ਮੈਂਡੇਟ ਮਿਲੀ ਸੀ ਉਹ ਹੁਣ ਖਤਮ ਹੋ ਗਈ ਹੈ ਔਰ SCPC ਦੇ ਇਲੈਕਸ਼ਨਸ ਫੌਰਨ ਹੋਣੇ ਚਾਹੀਦੇ ਹੈ ਕਿਉਂ ਕਰਕੇ ਸਿੱਖਾਂ ਦੀ ਪਾਰਲੀਮੈਂਟ ਹੈ ਇਹ ਸਾਡਾ ਜਮਹੂਰੀਅਤ ਦਾ ਤਰੀਕਾ ਹੈਗਾ ਕਿ ਕਿਵੇਂ ਅਸੀਂ ਆਪਣੇ ਫੈਸਲੇ ਲੈਂਦੇ ਹਾਂ ਸਭ ਉਹਨਾਂ ਦੇ ਜ਼ਮੀਨ ਤਾਂ ਦੇਖੋ ਨਾ ਉਹਨਾਂ ਦੇ ਜ਼ਮੀਨ ਦੇ ਥੱਲੇ ਤਾਂ ਕੋਈ ਨਹੀਂ ਰਿਹਾ ਨਾ ਜਿਹੜਾ ਰਿਸਪੌਂਸ ਮਿਲਿਆ ਸਿੱਖਾਂ ਤੋਂ ਉਹ ਤਾਂ ਕਹਿਣਗੇ ਹੀ ਇਹ ਇੰਡੀਆ ਦੇ ਟਾਊਟਸ ਨੇ ਅਤੇ ਜਿਹੜੇ ਇੰਡੀਆ ਦੇ ਇਹ ਦਲਾਲ ਹੁੰਦੇ ਇੱਥੇ ਲਾਏ ਜਾਂਦੇ ਅਮਰਿੰਦਰ ਸਿੰਘ ਬਾਦਲ ਸੁਖਬੀਰ ਇਹ ਤਾਂ ਸੱਚੀ ਗੱਲ ਹੈ ਨਾ ਫਿਰ ਉਹਨਾਂ ਨੇ ਤਾਂ ਬਾਣੀ ਉੱਤੋਂ ਦੀ ਸੈਂਟਰ ਦੀ ਅਤੇ ਹਿੰਦੁੱਤਵਾ ਦੀ ਪੜ੍ਹਨੀ ਹੋਰ ਕਿਹੜੀ ਪੜ੍ਹਨਗੇ